ਪਠਾਨਕੋਟ ਦੇ ਦਾ ਵਾਈਟ ਕਾਲਜ ਵਿਖੇ ਅੱਜ ਲਗਭਗ 150 ਤੋਂ 200 ਜਿਹੜੇ MBBS ਦੇ ਵਿਦਿਆਰਥੀ ਨੇ ਉਹ ਮੋਹਾਲੀ ਪਹੁੰਚਿਆ ਤਾਂ ਧਰਨਾ ਜਿਹੜਾ ਇੱਥੇ ਦੇ ਰਹੇ ਤਸਵੀਰਾਂ ਸਭ ਤੋਂ ਪਹਿਲਾਂ ਦਿਖਾਉਂਦੇ ਹਾਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੇ ਲੋਕਾਂ ਦਾ ਸੁਪਨਾ ਸਾਕਾਰ ਕੀਤਾ, ਜਿਸ ਤਹਿਤ ਪੰਜਾਬ ਦੇ ਲੋਕ ਦੇਸ਼ ਭਰ ਚ ਸੁਭਾਇਮਾਨ ਵੱਖ ਵੱਖ ਤੀਰਥ ਅਸਥਾਨਾਂ ਦੇ ਦਰਸ਼ਨ ਮੁਫ਼ਤ ਸਫ਼ਰ ਰਾਹੀਂ ਕਰ ਰਹੇ ਨੇ। ਧਾਰਮਿਕ ਅਸਥਾਨਾਂ ਦੀ ਯਾਤਰਾ ਲਈ PRTC ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਤੋਂ ਇਲਾਵਾ ਵਿਸ਼ੇਸ਼ ਟ੍ਰੇਨਾਂ ਦਾ ਵੀ ਪ੍ਰਬੰਧ ਕੀਤਾ ਗਿਆ। ਉਹਨਾਂ ਦਾ ਕੰਮ ਕਰਨਾ ਹੈ ਕਿ ਅੱਜ ਤੀਰਥ ਯਾਤਰਾ ਦਾ ਜਿਹੜਾ ਪ੍ਰੋਗਰਾਮ ਹੈ ਉਹ ਸ਼ੁਰੂ ਕਰਨਾ ਹੈ। ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲੀ ਗੱਡੀ ਸ਼੍ਰੀ ਹਜ਼ੂਰ ਸਾਹਿਬ ਜਾ ਰਹੀ, ਨਾਂਦੇੜ ਜਾ ਰਹੀ। ਯਾਤਰੀਆਂ ਨੂੰ ਸ੍ਰੀ ਹਜ਼ੂਰ ਸਾਹਿਬ, ਪਟਨਾ ਸਾਹਿਬ, ਵਾਰਾਣਸੀ, ਮਥੁਰਾ, ਵਰਿੰਦਾਵਨ, ਅਜਮੇਰ ਸ਼ਰੀਫ ਤੱਕ ਦੀ ਰੇਲ ਗੱਡੀ ਰਾਹੀਂ ਯਾਤਰਾ ਕਰਵਾਈ ਜਾ ਰਹੀ ਹੈ, ਜਦਕਿ ਸ੍ਰੀ ਅੰਮ੍ਰਿਤਸਰ ਸਾਹਿਬ, ਤਲਵੰਡੀ ਸਾਬੋ, ਸ੍ਰੀ ਅਨੰਦਪੁਰ ਸਾਹਿਬ, ਮਾਤਾ ਚਿੰਤਪੁਰਨੀ, ਮਾਤਾ ਨੈਣਾ ਦੇਵੀ, ਮਾਤਾ ਵੈਸ਼ਨੋ ਦੇਵੀ, ਸਾਲਾਸਰ, ਬਾਲਾ ਜੀ ਧਾਮ, ਖਾਟੂ ਸ਼ਾਮ ਧਾਮ, ਮਾਤਾ ਜਵਾਲਾ ਜੀ ਤੱਕ ਬੱਸਾਂ ਰਾਹੀਂ ਮੁਫ਼ਤ ਸਫ਼ਰ ਕਰਵਾਇਆ ਜਾ ਰਿਹਾ। ਹੁਣ ਤੱਕ 33,500 ਤੋਂ ਵੱਧ ਸ਼ਰਧਾਲੂਆਂ ਨੇ ਇਸ ਯੋਜਨਾ ਦਾ ਲਾਭ ਲਿਆ। ਸਰਕਾਰ ਸਾਨੂੰ ਖਾਣਾ ਦਾਣਾ ਵੀ ਦਿੰਦੀ ਹੈ, ਬਿਨ ਕਿਰਾਏ ਤੋਂ ਲੈ ਚੱਲੀ ਹੈ ਯਾਤਰਾ ਕਰਨ, ਸਰਕਾਰ ਦੇ ਧੰਨਵਾਦ ਹੈ। ਜੋ ਇਹ ਉਪਰਾਲਾ ਕੀਤਾ ਭਗਵੰਤ ਮਾਨ CM ਸਾਹਿਬ ਨੇ, ਬਹੁਤ ਵਧੀਆ ਕੀਤਾ ਹੈ। ਇਸ ਸਕੀਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੀਰਥ ਯਾਤਰਾ ਦੇ ਖਰਚੇ ਦੀ ਚਿੰਤਾ ਦੂਰ ਕੀਤੀ ਹੈ। ਕਿ ਹਰੇਕ ਤਰਫ ਜਿਹੜਾ ਇਸ ਜਗ੍ਹਾ ਦੇ ਉੱਪਰ ਪ੍ਰਦਰਸ਼ਨ ਕੀਤਾ ਜਾ ਰਿਹਾ, ਸੋ ਇਸਦੀ ਵਜ੍ਹਾ ਕੀ ਹੈ, ਕਿਸ ਕਾਰਨ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ? ਸੋ ਤਮਾਮ ਜਿਹੜੇ ਵਿਦਿਆਰਥੀ ਨੇ ਜਿਨ੍ਹਾਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਸ਼ੁਰੂਆਤੀ ਸਮੇਂ ਦੇ ਵਿੱਚ MBBS ਦੇ ਵਿਦਿਆਰਥੀ ਨੇ, ਫਿਰ ਚਾਹੇ ਉਹ ਜੂਨੀਅਰ ਬੈਚ ਹੋਵੇ ਜਾਂ ਫਿਰ ਸੀਨੀਅਰ ਬੈਚ ਹੋਵੇ, ਤਮਾਮ ਉਹ ਲੋਕ ਜਿਹੜੇ ਨੇ ਅੱਜ ਪ੍ਰਦਰਸ਼ਨ ਕਰ ਰਹੇ ਨੇ। ਮੋਹਾਲੀ ਦੇ ਮੈਡੀਕਲ ਭਵਨ ਦੇ ਬਾਹਰ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ, ਜਿੱਥੇ ਕਿ ਮੈਡੀਕਲ ਰਿਸਰਚ ਔਰ ਬਾਕੀ ਵਿਭਾਗ ਨੇ। ਸੋ ਕੀ ਇਸਦਾ ਕਾਰਨ ਹੈ, ਇਸ ਬਾਰੇ ਵੀ ਤਮਾਮ ਜਾਣਕਾਰੀ ਜਿਹੜੀ ਉਹ ਲਵਾਂਗੇ। ਹਾਲਾਂਕਿ ਸਭ ਤੋਂ ਪਹਿਲਾਂ ਦੱਸ ਸੀ ਕਿ ਵਾਈਟ ਮੈਡੀਕਲ ਕਾਲਜ ਦੇ ਵਿਦਿਆਰਥੀ ਨੇ ਲਗਭਗ ਜਿੱਥੇ ਫੈਕਲਟੀ ਨਾ ਹੋਣ ਕਾਰਨ ਔਰ ਪੂਅਰ ਮੈਨੇਜਮੈਂਟ ਤੋਂ ਇਲਾਵਾ ਹਰਾਸਮੈਂਟ ਕਰਨ ਦੇ ਨਾਲ ਜੇਕਰ ਗੱਲ ਕਰੀਏ ਤਾਂ ਉਹ ਉਸ ਤਹਿਤ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ, ਤਾਂ ਜਿਹੜੇ ਇਸ ਸਭ ਨੂੰ ਲੀਡ ਕਰ ਰਹੇ ਨੇ ਤਾਂ ਉਸ ਦੇ ਨਾਲ ਪੂਰਾ ਕਾਰਨ ਕੀ ਹੈ, ਕਿਉਂ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ? ਪਠਾਨਕੋਟ ਤੋਂ ਚੱਲ ਕੇ ਤੁਸੀਂ ਮੋਹਾਲੀ ਪਹੁੰਚ ਕੇ ਕੀ ਕਾਰਨ ਹੈ? ਸਾਡਾ ਇੱਥੇ ਪ੍ਰਦਰਸ਼ਨ ਕਰਨ ਦਾ ਜੋ ਮੇਨ ਕਾਰਨ ਹੈ ਉਹ ਇਹ ਹੈਗਾ ਕਿ ਸਾਨੂੰ 2 ਸਾਲ ਹੋ ਗਏ ਉਸ ਕਾਲਜ ਦੇ ਵਿੱਚ ਪੜ੍ਹਦੇ, ਨਾ ਉੱਥੇ ਕੋਈ ਟੀਚਰ ਹੈ, ਨਾ ਉੱਥੇ ਕੋਈ ਸਹੂਲਤ ਹੈ। ਅਸੀਂ ਕਰੋੜਾਂ ਰੁਪਇਆ ਖਰਚ ਰਹੇ ਹਾਂ, ਜਦ ਅਸੀਂ ਆਪਣੀ ਮੰਗਾਂ ਰੱਖਦੇ ਹਾਂ ਸਾਨੂੰ ਮਾਰਿਆ ਜਾਂਦਾ, ਕੁੱਟਿਆ ਜਾਂਦਾ, ਗਾਲਾਂ ਕੱਢੀਆਂ ਜਾਂਦੀਆਂ। ਚਲੋ ਮਾਰਕੁੱਟ ਇੱਕ ਪਾਈ ਤੱਕ ਉਹਦੇ 'ਤੇ ਸਮਝੌਤਾ ਹੋ ਸਕਦਾ, ਲੇਕਿਨ ਜਦ ਸਾਨੂੰ ਪੜ੍ਹਾਇਆ ਹੀ ਨਹੀਂ ਜਾਏਗਾ ਅਸੀਂ ਪੈਸੇ ਕਿਸ ਚੀਜ਼ ਦੇ ਭਰਨੇ ਆ? ਸਾਡੀ ਇਹੀ ਮੰਗ ਹੈ ਸਾਨੂੰ ਸ਼ਿਫਟ ਕੀਤਾ ਜਾਏ ਉਸ ਕਾਲਜ 'ਚ, ਨਾ ਉਹ ਸੇਫ ਰਹਿਣ ਲਈ ਹੈਗਾ, ਨਾ ਉੱਥੇ ਪੜ੍ਹਾਈ ਹੁੰਦੀ ਪਈ ਹੈ। DRME ਸਾਹਿਬ ਜੋ ਵੀ ਹੈ ਸਾਨੂੰ ਸ਼ਿਫਟ ਕਰਨ, ਅਸੀਂ ਨਹੀਂ ਕਹਿੰਦੇ ਸਰਕਾਰੀ ਕਾਲਜਾਂ 'ਚ ਜਾਣਾ, ਜੋ ਸਾਡੇ 'ਤੇ ਐਲੀਗੇਸ਼ਨ ਲੱਗਦੀ ਹੈ, ਜਿਹੜੇ ਮਰਜ਼ੀ ਕਾਲਜ ਭੇਜੋ, ਸਾਡੀ ਅਟੈਂਡੈਂਸ ਲਓ, ਸਾਨੂੰ ਪੜ੍ਹਾਓ, ਸਾਡੀ ਪੜ੍ਹਾਈ ਦਾ ਲੋਸ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੀਂ ਪੜ੍ਹਨ ਆਏ ਹਾਂ। ਕਿੰਨੇ ਸਟੂਡੈਂਟ ਨੇ ਤੁਹਾਡੇ ਨਾਲ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ ਇੱਥੇ, ਔਰ ਸਾਰੇ ਪਠਾਨਕੋਟ ਕਾਲਜ ਦੇ ਨੇ? ਇਹ ਸਾਰੇ ਸਟੂਡੈਂਟ MBBS ਸਟੂਡੈਂਟ ਨੇ, ਸੈਕਿੰਡ ਅਤੇ ਥਰਡ ਈਅਰ ਦੇ। ਫਿਲਹਾਲ ਅਸੀਂ 150+ ਸਟੂਡੈਂਟਸ ਇੱਥੇ ਇਕੱਠੇ ਹੋਏ ਹਾਂ, ਅਤੇ ਧਰਨਾ ਉਦੋਂ ਤੱਕ ਚੱਲੇਗਾ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਣਗੀਆਂ। ਸਾਰੇ ਪਠਾਨਕੋਟ ਤੋਂ ਇੱਥੇ ਪਹੁੰਚੇ ਹੋ? ਅਸੀਂ ਸਾਰੇ ਪਠਾਨਕੋਟ ਤੋਂ ਇੱਧਰ ਪਹੁੰਚੇ। ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂ ਉੱਥੋਂ ਦੇ ਕੋਈ ਮੈਨੇਜਮੈਂਟ ਦਾ ਜਾਂ ਕੋਈ ਉੱਪਰ ਜਿਹੜਾ ਕੋਰਟ ਤੱਕ ਜਾਣ ਦੀ ਕੋਸ਼ਿਸ਼ ਕੀਤੀ? ਅਸੀਂ ਆਲਰੇਡੀ ਪਠਾਨਕੋਟ ਦੇ ਵਿੱਚ DC ਆਫਿਸ ਦੇ ਵਿੱਚ ਧਰਨਾ ਦੇ ਚੁੱਕੇ ਹਾਂ। DC ਸਰ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਉਹ ਸਾਡੀ ਹੈਲਪ ਕਰਨਗੇ। ਉਹਨਾਂ ਨੇ ਸਾਨੂੰ ਸਿਕਿਉਰਿਟੀ ਦੇ ਕੇ ਬਕਾਇਦਾ ਪੁਲਿਸ ਦੀਆਂ ਬੱਸਾਂ ਭੇਜ ਕੇ ਸਾਡਾ ਉੱਥੋਂ ਸਮਾਨ ਕਢਵਾਇਆ ਕਿ ਬੱਚੇ ਆਪਣਾ ਸਮਾਨ ਲੈਣ, ਕਿਉਂਕਿ ਡਰ ਹੀ ਇੰਨਾ, ਕਿਉਂਕਿ ਉਹ ਧਮਕੀਆਂ ਹੀ ਇੱਦਾਂ ਦਿੰਦਾ।
ਅਤੇ ਉਸ ਤੋਂ ਬਾਅਦ ਸਾਨੂੰ ਗੁਰਦੁਆਰੇ 'ਚ ਰਹਿਣਾ ਪਿਆ। ਉਸ ਤੋਂ ਬਾਅਦ ਅਸੀਂ ਫਰੀਦਕੋਟ ਬਾਬਾ ਫਰੀਦ ਯੂਨੀਵਰਸਿਟੀ ਜਾ ਕੇ ਵੀ ਧਰਨਾ ਦਿੱਤਾ, ਰਜਿਸਟਰਾਰ ਸਾਹਿਬ ਨਾਲ ਸਾਡੀ ਗੱਲਬਾਤ ਹੋਈ ਹੈ। ਪਰ ਹੁਣ ਅਸੀਂ ਇੱਥੇ ਆਏ ਹਾਂ ਕਿਉਂਕਿ ਇੱਥੇ ਹੀ ਪੰਜਾਬ ਦੇ ਸਾਰੇ ਕਾਲਜਾਂ ਦਾ ਲੇਖਾ ਜੋਖਾ ਹੈਗਾ ਅਤੇ ਸਾਨੂੰ ਨਿਆਂ ਚਾਹੀਦਾ, ਅਸੀਂ ਸ਼ਿਫਟ ਹੋਣਾ। ਬਿਲਕੁਲ ਸਰ, ਦੂਸਰੇ ਪਾਸੇ ਜਿਹੜੇ ਤੁਸੀਂ ਮੁੱਖ ਮੰਤਰੀ ਤੋਂ ਉਮੀਦ ਲਾ ਰਹੇ ਹੋ ਵੀ ਮੁੱਖ ਮੰਤਰੀ ਤੁਹਾਡੀ ਮਦਦ ਕਰਨ, ਕੀ ਕਾਰਨ ਹੈ, ਕੀ ਲੱਗਦਾ ਵੀ ਮੁੱਖ ਮੰਤਰੀ ਸੁਣਨਗੇ ਤੁਹਾਡੀ ਗੱਲ ਇੱਥੇ ਪਹੁੰਚ ਕੇ ਜਾਂ ਤੁਸੀਂ ਜਿਹੜੇ DRME ਨੇ ਇੱਥੇ ਉਹ ਗੱਲ ਸੁਣਨਗੇ? ਮੈਨੂੰ ਪੂਰਾ ਯਕੀਨ ਹੈ ਕਿ ਸੁਣੇਗੇ, DRME ਦੇ CM ਸਾਹਿਬ ਤੁਹਾਨੂੰ ਕਰੇਂਗੇ ਸਾਡਾ, ਅਤੇ ਸਾਡੀ ਮੰਗਾਂ ਪੂਰੀਆਂ, ਅਸੀਂ ਇੱਥੇ ਬੈਠੇ ਰਹਾਂ। ਕਿੰਨੀ ਦੇਰ ਤੋਂ ਕਰ ਰਹੇ ਹੋ ਸਰ ਤੁਸੀਂ? ਮੈਂ 1.5 ਸਾਲ ਸਾਨੂੰ ਹੋ ਚੁੱਕੇ, ਸਾਨੂੰ MBBS ਕਰਦੇ, ਸਾਡੇ ਕੋਈ ਫੈਸਿਲਿਟੀ ਨਹੀਂ ਹੈਗੀ, ਗੋਸ ਫੈਕਲਟੀਆਂ ਨਹੀਂ ਹੈਗੀਆਂ, ਅਸੀਂ ਮੰਗ ਕਰਦੇ, ਸਾਡੇ 'ਤੇ ਫਿਜ਼ੀਕਲ ਅਤੇ ਮੈਂਟਲ ਹਰਾਸਮੈਂਟ ਕਰਦੇ ਨੇ, ਸਾਨੂੰ ਧਮਕੀ ਦਿੰਦੇ ਨੇ, ਸਾਡੇ ਸਾਨੂੰ ਫੇਲ ਕਰ ਦੇਣਗੇ, ਸਾਡੀ ਅਟੈਂਡੈਂਸ ਸ਼ੋਰਟ ਕਰ ਦੇਣਗੇ, ਸਾਨੂੰ ਬੜਾ ਟੋਚੇ ਕਰਦੇ ਨੇ। ਅਸੀਂ ਸਰਕਾਰ ਜਲਦੀ ਜਲਦੀ ਮੰਗ ਕਰਦੇ, ਸਾਨੂੰ ਜੇ ਸ਼ਿਫਟ ਕੀਤਾ ਜਾਵੇ ਅਤੇ ਕਿਤੇ ਵਧੀਆ ਕਾਲਜ ਸਾਨੂੰ ਪੜ੍ਹਾਇਆ ਜਾਵੇ, ਸਾਡੀ ਪੜ੍ਹਾਈ ਕੰਪਰੋਮਾਈਜ਼ ਨਾ ਹੋਵੇ। ਜਿਹੜਾ ਜਿਸ ਤਰੀਕੇ ਦੇ ਨਾਲ ਪੈਂਪਲੇਟਸ ਫੜੇ ਹੋਏ ਨੇ, ਹਾਲਾਂਕਿ ਮੰਗਾਂ ਇਹੀ ਨੇ ਕਿ ਜਿਸ ਤਰੀਕੇ ਦੇ ਹਾਲਾਤ ਨੇ ਉੱਥੇ, ਜਿਵੇਂ ਹਰੇਕ ਤਰਫ ਇਹੀ ਮੁੱਦਾ ਛੇੜਿਆ ਜਾਂਦਾ ਵੀ ਸਟੂਡੈਂਟਸ ਜਿਹੜੇ ਨੇ ਉਹਨਾਂ ਨੂੰ ਹਰਾਸ ਕੀਤਾ ਜਾਂਦਾ ਹੈ ਉਸ ਇਲਾਕੇ ਦੇ ਵਿੱਚ ਜਾਣ ਦਾ, ਕਹਿੰਦਾ ਭਾਵ ਕਿ ਪਠਾਨਕੋਟ ਤੋਂ ਤਮਾਮ ਜਿਹੜੇ ਸਿੱਧੇ ਤੌਰ ਦੇ ਉੱਪਰ ਮੁੱਖ ਮੰਤਰੀ ਨੂੰ ਉਮੀਦ ਦਿੱਤੀ ਜਾਂਦੀ ਹੈ ਕਿ ਮੁੱਖ ਮੰਤਰੀ ਜਿਹੜੇ ਨੇ ਉਹ ਸਿੱਧੇ ਤੌਰ ਦੇ ਉੱਪਰ ਐਕਸ਼ਨ ਲੈਣ। ਹਾਲਾਂਕਿ ਕਿਉਂ ਇਸ ਪੂਰੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਨੂੰ ਇਨਵੋਲਵ ਕੀਤਾ ਜਾ ਰਿਹਾ, ਕਿਉਂਕਿ ਸਟੂਡੈਂਟ ਜਿਹੜੇ ਨੇ, ਤਮਾਮ ਸਟੂਡੈਂਟਸ ਨੇ ਉਹ ਵੀ, ਤੁਸੀਂ ਮੁੱਖ ਮੰਤਰੀ ਤੱਕ ਪਹੁੰਚ ਕੀਤੀ ਹੈ, ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਮੁੱਖ ਮੰਤਰੀ ਨਾਲ ਕਿਸੇ ਤਰੀਕੇ? ਸਰ, ਅਸੀਂ ਬਹੁਤ ਟਰਾਈ ਕਰ ਰਹੇ ਹਾਂ ਉਹਨਾਂ ਨੂੰ ਅਪਰੋਚ ਕਰਨ ਦੀ, ਬਟ ਉਹ ਕੋਈ ਆਨਸਰ ਨਹੀਂ ਆ ਰਿਹਾ ਉਹਨਾਂ ਦਾ। ਅਸੀਂ ਬਹੁਤ ਜ਼ਿਆਦਾ ਟਰਾਈ ਕਰ ਰਹੇ ਹਾਂ ਉਹਨਾਂ ਕੋਲ, ਕਿਉਂਕਿ ਸਾਡੇ ਕਾਲਜ 'ਚ ਜਮ੍ਹਾਂ ਵੀ ਫੈਸਿਲਿਟੀਜ਼ ਨਹੀਂ ਹੈਗੀ, ਫੈਕਲਟੀ ਨਹੀਂ ਹੈਗੀ, ਅਤੇ ਅਸੀਂ ਐਵੇਂ ਕਾਲਜ ਸਰਵਾਈਵ ਨਹੀਂ ਕਰ ਸਕਦੇ। ਸਰ, ਸਾਨੂੰ ਕਰੀਬਨ 1.5 ਸਾਲ ਹੋਣ ਵਾਲਾ ਕਿ ਅਸੀਂ ਐਡਮਿਸ਼ਨ ਲੈ ਲਿਆ, ਅਤੇ ਹਾਲ ਉਹੀ ਜਿਹਾ ਹੀ ਰਹਿ ਰਿਹਾ, ਕਦੇ ਵੀ ਸੁਧਰ ਨਹੀਂ ਰਿਹਾ ਜਮ੍ਹਾਂ ਵੀ। ਤੁਸੀਂ ਕਿੰਨੇ ਸਮੇਂ ਤੋਂ ਉੱਥੇ ਦਾਖਲ ਹੋ, ਕਿੰਨਾ ਐਡਮਿਸ਼ਨ ਨੂੰ ਕਿੰਨਾ ਸਮਾਂ, ਕਿਸੇ ਉੱਥੇ ਮੈਨੇਜਮੈਂਟ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਸਾਨੂੰ ਫੈਕਲਟੀ ਠੀਕ ਕਰੋ? ਕੋਸ਼ਿਸ਼ ਕੀਤੀ, ਹਰ ਵਾਰ ਕੋਸ਼ਿਸ਼ ਕਰਦੇ ਹਾਂ, ਅਸੀਂ ਬਹੁਤ ਪੀਸਫੁਲੀ ਗੱਲ ਕਰਦੇ ਸੀ ਉਸ ਦਿਨ ਰਾਤ ਨੂੰ ਵੀ, ਅਸੀਂ ਬਹੁਤ ਪੀਸਫੁਲੀ ਆਪਣੀ ਗੱਲ ਰੱਖੀ ਸੀਗੀ, ਅਤੇ ਉਹਨਾਂ ਨੇ ਸਾਡੇ ਚੇਅਰਮੈਨ ਅਤੇ ਫਿਰ ਸਾਡੇ ਬੱਚਿਆਂ 'ਤੇ ਅਟੈਕ ਕਰਨਾ ਸ਼ੁਰੂ ਕਰਤਾ, ਉਹਨਾਂ ਨੂੰ ਜੁੱਤਿਆਂ ਨਾਲ ਮਾਰਿਆ, ਉਹਨਾਂ ਦੇ ਥੱਪੜ ਮਾਰੇ ਗਏ, ਇੱਦਾਂ ਅਸੀਂ ਹਮੇਸ਼ਾ ਤੋਂ ਆਪਣੀ ਗੱਲ ਪੀਸਫੁਲੀ ਰੱਖਦੇ, ਪਰ ਸਾਡੀ ਸੁਣੀ ਨਹੀਂ ਜਾਂਦੀ ਕਦੇ ਵੀ। ਸਿੱਧੇ ਤੌਰ ਦੇ ਉੱਪਰ ਜੇ ਦੇਖੀਏ ਤਾਂ ਇਹ ਆਉਣ ਵਾਲੇ ਭਵਿੱਖ ਦੇ ਵਿੱਚ ਡਾਕਟਰ ਨੇ, MBBS ਨੇ, ਤਮਾਮ ਸਮਾਜ ਦੀ ਸੇਵਾ ਕਰਨੀ ਹੈ, ਲੇਕਿਨ ਜੇਕਰ ਸਮਾਜ ਦੇ ਵਿੱਚ ਸੇਵਾ ਕਰਨ ਵਾਲੇ ਡਾਕਟਰਾਂ ਦੇ ਨਾਲ ਬਣਨ ਵਾਲੇ ਡਾਕਟਰਾਂ ਦਾ ਭਵਿੱਖ ਵਿੱਚ ਅਜਿਹੇ ਹਾਲ ਹੋਣ ਤਾਂ ਪਰਿਵਾਰਕ ਮੈਂਬਰ ਨੇ ਜਾਂ ਫਿਰ ਤਮਾਮ ਸਮਾਜ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਕੀ ਹਾਲਾਤ ਸਿਰਜੇਗਾ, ਇਹ ਵੀ ਸਾਫ ਦਿਖਾਈ ਦੇ ਕੇ। ਲੇਕਿਨ ਦੂਸਰੀ ਤਰਫ MBBS ਡਾਕਟਰ ਦਾ ਇਸ ਤਰੀਕੇ ਦੇ ਨਾਲ ਧਰਨੇ ਦੇਣੇ, ਔਰ ਦੇਖੋ ਵੀ ਤਮਾਮ ਜਿਹੜੇ ਨੇ ਹਰੇਕ ਸਮੈਸਟਰ ਦੇ ਹਰੇਕ ਵਿਭਾਗ ਦੇ ਜਿਹੜੇ ਲੋਕ ਨੇ ਉਹ ਇਸ ਜਗ੍ਹਾ ਦੇ ਉੱਪਰ ਧਰਨਾ ਪ੍ਰਦਰਸ਼ਨ ਕਰ ਰਹੇ ਨੇ, ਔਰ ਇਹੀ ਵਿਭਾਗ ਦੇ ਅੱਗੇ ਅਪੀਲ ਕੀਤੀ ਜਾ ਰਹੀ ਹੈ ਵੀ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਤਮਾਮ ਤਰੀਕੇ ਦੇ ਨਾਲ ਹੱਲ ਕੀਤਾ ਜਾਵੇ, ਕਿਉਂਕਿ ਹਰੇਕ ਜਗ੍ਹਾ ਦੇ ਉੱਪਰ ਜੇਕਰ ਗੱਲ ਕਰੀ ਤਾਂ ਇਨਸਾਫ ਮੰਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਔਰ ਹਰੇਕ ਪੈਂਪਲੇਟ ਦੇ ਉੱਪਰ ਇੱਕ ਅਲੱਗ ਉਪਦੇਸ਼ ਜਿਹੜਾ ਦਿੱਤਾ ਜਾ ਰਿਹਾ ਕਿ ਜਿਹੜਾ ਵਾਈਟ ਮੈਡੀਕਲ ਕਾਲਜ ਹੈ ਉਸ ਨੂੰ ਬੰਦ ਕੀਤਾ ਜਾਵੇ। ਹਾਲਾਂਕਿ ਇਹ ਵੀ ਚਰਚਾ ਹੈ ਵੀ ਉਹ ਪਹਿਲਾਂ ਵੀ 2-3 ਵਾਰ ਬੰਦ ਹੋ ਕੇ, ਲੇਕਿਨ ਕੋਰਟ ਹਾਈ ਕੇਸ ਦੇ ਵਿੱਚ ਜਿੱਤਣ ਤੋਂ ਬਾਅਦ ਵੀ ਇਹਨਾਂ ਵਿਦਿਆਰਥੀਆਂ ਨੂੰ ਕੋਈ ਇਨਸਾਫ ਨਹੀਂ ਮਿਲਿਆ, ਤਾਂ ਮੁੱਖ ਮੰਤਰੀ ਤੱਕ ਵੀ ਪਹੁੰਚ ਕਰਨਗੇ, ਲੇਕਿਨ ਉਸ ਤੋਂ ਪਹਿਲਾਂ ਕੀ ਹਾਲਾਤ ਬਣਦੇ ਨੇ, ਮੈਡੀਕਲ ਵਿਭਾਗ ਦੇ ਬਾਹਰ ਪਹੁੰਚੇ ਹੈ, ਬਾਹਰ ਪਹੁੰਚਣ ਤੋਂ ਉਪਰੰਤ ਕੀ ਇਹਨਾਂ ਦੀ ਗੱਲ ਸੁਣੀ ਜਾਂਦੀ ਹੈ ਜਾਂ ਫਿਰ ਕੀ ਹਾਲਾਤ ਬਣਦੇ ਨੇ, ਇਹ ਸਮਾਂ ਦੱਸੇ। ਇੰਸਟੀਟਿਊਸ਼ਨ ਨੇ ਹਾਈ ਕੋਰਟ ਜਾ ਕੇ ਇਸ ਦੇ ਖਿਲਾਫ਼ ਸਟੇਅ ਲੈ ਲਈ ਅਤੇ ਮੈਟਰ ਸਬ ਜੁਡਿਸ ਹੈ, ਇਸ ਕਰਕੇ ਸ਼ਿਫਟਿੰਗ ਹਲੇ ਨਹੀਂ ਕੀਤੀ ਜਾ ਸਕਦੀ ਜਦ ਤੱਕ ਸਟੇਅ ਵਿਦਡਰਾਅ ਨਹੀਂ ਹੁੰਦੀ। ਇਸ ਕੇਸ ਦੀ ਅਗਲੀ ਮਿਤੀ 1 ਅਗਸਤ ਹੈ। ਠੀਕ ਹੈ ਜੀ। ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕੰਗ, ਦੈਨਿਕ ਸਵੇਰਾ TV।
मोहाली। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।